बच्चों को पढ़ने दो, पढ़ने दो, पढ़ने दो, बच्चों को पढ़ने दो, पढ़ने दो, पढ़ने दो। एक मिशन लागू करो, लागू करो, लागू करो, एक मिशन लागू करो, लागू करो, लागू करो। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ, ਮੈਂ ਤੁਹਾਡੇ ਨਾਲ ਲਲਿਤਾ ਜਾਮਲ। ਅੱਜ ਕਾਂਗਰਸ ਭਵਨ ਦੇ ਬਾਹਰ ਜਿਹੜਾ ਟੀਚਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ, ਕੀ ਕੁਛ ਮੰਗ ਆਪਾਂ ਜਾਣਾਂਗੇ, ਸਾਡੇ ਨਾਲ ਗੱਲਬਾਤ ਲਈ ਮੌਜੂਦ ਹੈ ਸਰ, ਕਿਹੜੀ ਕੁਛ ਮੰਗ ਹੈਗੀ ਹੈ? ਅਤੇ ਸਾਡਾ ਜਿਹੜਾ ਅੱਜ ਦਾ ਪ੍ਰਦਰਸ਼ਨ ਚੱਲ ਰਿਹਾ ਪੀਫੈਕਟੋ ਦੀ ਲੀਡਰਸ਼ਿਪ ਦੇ ਅੰਡਰ ਚੱਲ ਰਿਹਾ। ਮੈਂ ਡਾਕਟਰ ਸ਼ਮਿੰਦਰ ਸਿੰਘ ਸੰਧੂ, ਪੰਜਾਬ ਯੂਨੀਵਰਸਿਟੀ ਦਾ ਇਲੈਕਟਿਡ ਸੈਨੇਟ ਮੈਂਬਰ ਹੈ। ਸਾਡੀਆਂ ਦੋ ਮੁੱਖ ਮੰਗਾਂ ਜਿਹੜੀਆਂ ਹੈਗੀਆਂ, ਜਿਹੜੀ ਪਹਿਲੀ ਆ ਉਹ ਇਹ ਹੈਗੀ ਹੈ ਕਿ ਮੀਨਜ਼ ਲਾਈਕ ਸੈਵਨਥ ਪੇ ਕਮਿਸ਼ਨ, ਅਸੀਂ ਕਹਿੰਦੇ ਹਾਂ UGC ਸੈਵਨਥ ਪੇ ਕਮਿਸ਼ਨ, ਉਹਨੂੰ ਇੰਪਲੀਮੈਂਟ ਕੀਤਾ ਜਾਵੇ। ਇਹ ਜਿਹੜਾ ਬੇਸਿਕਲੀ ਪੇ ਕਮਿਸ਼ਨ ਹੈ, 1 ਜਨਵਰੀ 2016 ਤੋਂ ਇੰਪਲੀਮੈਂਟ ਹੋਣਾ ਸੀਗਾ। ਜੇ ਮੈਂ ਅੱਜ ਦੇਖਾਂ ਤਾਂ 6 ਸਾਲ ਹੋ ਚੁੱਕੇ ਆ ਕਿ ਇੰਪਲੀਮੈਂਟ ਨਹੀਂ ਹੋਇਆ, ਔਰ ਇੰਡੀਆ ਦੀਆਂ ਹਰ ਸਟੇਟ ਦੇ ਵਿੱਚ ਇੰਪਲੀਮੈਂਟ ਹੋ ਚੁੱਕਿਆ ਹੈ। ਸਿਰਫ ਪੰਜਾਬ ਹੀ ਅਜਿਹੀ ਸਟੇਟ ਹੈ ਜਿੱਥੇ ਇੰਪਲੀਮੈਂਟ ਨਹੀਂ ਹੋਇਆ, ਔਰ ਪੰਜਾਬ ਨੇ ਵੀ ਆਪਣੇ ਬਾਕੀ ਸਾਰੇ ਇੰਪਲੋਈਜ਼ ਜਿਹੜੇ ਹੈਗੇ ਆ ਉਹਨਾਂ ਦੇ ਲਈ ਵੀ ਨਵਾਂ ਪੇ ਕਮਿਸ਼ਨ ਇੰਪਲੀਮੈਂਟ ਕਰ ਦਿੱਤਾ ਹੈ। ਸਿਰਫ ਯੂਨੀਵਰਸਿਟੀ ਅਤੇ ਕਾਲਜ ਦੇ ਟੀਚਰ ਹੀ ਬਾਕੀ ਰਹਿੰਦੇ ਆ ਜਿਨ੍ਹਾਂ ਦਾ ਨਵਾਂ ਪੇ ਕਮਿਸ਼ਨ ਜਿਹੜਾ ਇੰਪਲੀਮੈਂਟ ਨਹੀਂ ਹੋਇਆ। ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਟੀਚਰਸ ਦੇ ਨਾਲ, ਯੂਨੀਵਰਸਿਟੀ ਟੀਚਰ ਜਾਂ ਕਾਲਜ ਟੀਚਰ ਦੇ ਨਾਲ ਇਹ ਸਟੈਪ ਮਦਰਲੀ ਟ੍ਰੀਟਮੈਂਟ ਪੰਜਾਬ ਸਰਕਾਰ ਕਿਉਂ ਕਰ ਲਈ ਹੈ? ਦੂਜਾ ਜਿਹੜਾ ਸਾਡਾ ਇੱਕ ਹੋਰ ਵੱਡਾ ਇਸ਼ੂ ਹੈਗਾ, ਉਹ ਡੀਲਿੰਕਿੰਗ ਦਾ ਇਸ਼ੂ ਹੈਗਾ। ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੇ UGC ਰੂਲਸ ਰੈਗੂਲੇਸ਼ਨ ਬਣਾਉਂਦਾ ਹੈ ਅਸੀਂ ਉਹਨਾਂ ਨੂੰ ਨਹੀਂ ਮੰਨਾਂਗੇ, ਅਸੀਂ ਆਪਣਾ ਸਕੇਲ ਬਣਾਵਾਂਗੇ, ਆਪਣੇ ਰੂਲਸ ਰੈਗੂਲੇਸ਼ਨ ਬਣਾਵਾਂਗੇ। ਅਗਰ ਇਹ ਹੁੰਦਾ ਤਾਂ ਜਿਹੜਾ ਪੰਜਾਬ ਸਕੇਲ ਦਾ ਪੇ ਸਕੇਲ ਆ ਉਹ UGC ਦੇ ਨਾਲੋਂ ਲੋਅਰ ਹੈ ਜਿਹੜਾ ਸਾਰੇ ਇੰਡੀਆ ਦੇ ਵਿੱਚ ਮਿਲ ਰਿਹਾ। ਇਟ ਮੀਨਜ਼ ਅਸੀਂ ਜਿਹੜੀ ਇੱਕ ਮੇਨ ਸਟ੍ਰੀਮ ਹੈ, ਇੰਡੀਆ ਦੀ ਮੇਨ ਸਟ੍ਰੀਮ ਹੈ, ਉਸ ਤੋਂ ਅਲੱਗ ਹੋਵਾਂਗੇ। UGC ਤੋਂ ਸਾਡੇ ਯੂਨੀਵਰਸਿਟੀਜ਼ ਐਂਡ ਕਾਲਜਿਸ ਜਿਹੜੀ ਹੈਗੀ ਉਹ ਡੀਰੈਕੋਗਨਾਈਜ਼ ਹੋ ਸਕਦੇ ਆ। ਜਿਹੜੇ ਸਾਡੇ ਟੀਚਰ ਅਪੁਆਇੰਟ ਹੋਣਗੇ ਆਫਕੋਰਸ ਉਹ ਪੰਜਾਬ ਨੂੰ ਪ੍ਰੈਫਰ ਨਹੀਂ ਕਰਨਗੇ, ਉਹ ਦੂਜੇ ਸਟੇਟ ਨੂੰ ਪ੍ਰੈਫਰ ਕਰਨਗੇ ਜਿੱਥੇ ਉਹਨਾਂ ਨੂੰ ਫੁੱਲ ਪੇ ਸਕੇਲ ਮਿਲ ਰਿਹਾ। ਔਰ ਜੇਕਰ ਸਾਡੇ ਕੋਲ ਟੀਚਰ ਹੀ ਕੁਆਲਿਟੀ ਦੇ ਟੀਚਰ ਨਹੀਂ ਹੋਣਗੇ, ਅਸੀਂ ਕੁਆਲਿਟੀ ਦਾ ਪ੍ਰੋਡਕਟ ਜਿਹੜਾ ਉਹ ਕਿੱਦਾਂ ਤਿਆਰ ਕਰਾਂਗੇ? ਜਿਹੜੇ ਹਾਇਰ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੀਆਂ ਉਹਨਾਂ ਨੇ ਸਾਇੰਟਿਸਟ ਪ੍ਰੋਡਿਊਸ ਕਰਨੇ ਆ, ਉਹਨਾਂ ਨੇ ਇੰਜੀਨੀਅਰ ਪ੍ਰੋਡਿਊਸ ਕਰਨੇ ਆ, ਉਹਨਾਂ ਨੇ ਅਕੈਡਮਿਸ਼ਨ, ਉਹਨਾਂ ਨੇ ਹੀ ਸਿਵਲ ਸਰਵੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰੋਡਿਊਸ ਕਰਨਾ ਹੈ। ਜੇ ਟੀਚਰ ਹੀ ਕੁਆਲਿਟੀ ਦੇ ਨਹੀਂ ਹੋਣਗੇ ਤਾਂ ਇਹ ਸਾਰਾ ਕੁਝ ਜਿਹੜਾ ਪ੍ਰੋਡਕਟ ਆ ਉਹ ਕੁਆਲਿਟੀ ਦਾ ਕਿਵੇਂ ਹੋਏਗਾ? ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਸਾਡਾ ਸਟੇਟ ਹੈ ਇਸ ਨੂੰ ਹਨੇਰੇ ਦੇ ਵਿੱਚ ਲਿਜਾਣ ਵਾਲੀ ਇੱਕ ਕੋਸ਼ਿਸ਼ ਹੈ ਪੰਜਾਬ ਸਰਕਾਰ ਦੀ। ਸਾਡੇ ਯੂਥ ਦੀ ਜਿਹੜੀ ਤਨਖਾਹ ਉਹ ਤਾਂ ਘਟੇਗੀ ਘਟੇਗੀ, ਬਟ ਜਿਹੜਾ ਸਾਡੀ ਸਟੇਟ ਦੀ ਡਿਵੈਲਪਮੈਂਟ ਆ ਉਹ ਵੀ ਘਟੇਗੀ, ਉਹ ਵੀ ਨੀਚੇ ਆਏਗੀ। ਕੋਈ ਵੀ ਸਟੇਟ ਆ ਜਿਹੜਾ ਉਹ ਐਜੂਕੇਸ਼ਨ ਤੋਂ ਬਗੈਰ ਗਰੋ ਨਹੀਂ ਕਰ ਸਕਦਾ, ਡਿਵੈਲਪ ਨਹੀਂ ਹੋ ਸਕਦਾ। ਜੇਕਰ ਉਸ ਦਾ ਮਿਆਰ ਅਸੀਂ ਨੀਚੇ ਲੈ ਆਵਾਂਗੇ ਤਾਂ ਅਸੀਂ ਪਹਿਲਾਂ ਹੀ ਪਹਿਲੇ ਨੰਬਰ ਤੋਂ 16ਵੇਂ ਨੰਬਰ 'ਤੇ ਜਾ ਚੁੱਕੇ ਹਾਂ ਜਾਂ ਉਸ ਤੋਂ ਪਿੱਛੇ ਜਾ ਚੁੱਕੇ ਹਾਂ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹੀ ਪਾਲਿਸੀਆਂ ਸਰਕਾਰ ਦੀਆਂ ਰਹੀਆਂ ਤਾਂ ਅਸੀਂ ਬਹੁਤ ਪਿੱਛੇ ਚਲੇ ਜਾਵਾਂਗੇ। ਔਰ ਪੰਜਾਬ ਦਾ ਜਿਹੜਾ ਜਿਹਨੂੰ ਅਸੀਂ ਸੋਨੇ ਦੀ ਚਿੜੀ ਕਹਿੰਦੇ ਸੀ, ਅੱਜ ਉਹ ਹਾਲਾਤ ਆ ਚੁੱਕੇ ਹੈ ਕਿ ਜਿਹੜਾ ਯੂਥ ਹੈ ਨਾ ਉਹਨੂੰ ਕੋਈ ਜੋਬ ਮਿਲ ਰਹੀ ਹੈ ਨਾ ਉਹਨੂੰ ਐਜੂਕੇਸ਼ਨ ਮਿਲ ਰਹੀ ਹੈ। ਤਕਰੀਬਨ ਅੱਜ ਤੁਸੀਂ ਸਮਝ ਲਓ 28 ਦਿਨ ਹੋ ਗਏ ਆ ਕਿ ਕਾਲਜਿਸ ਯੂਨੀਵਰਸਿਟੀਜ਼ ਬੰਦ ਹੈ, ਪਰ ਕੰਨ ਜਿਹੜਾ ਪੰਜਾਬ ਸਰਕਾਰ ਉਸਦੇ ਕੰਨ 'ਤੇ ਜੂ ਨਹੀਂ ਸਰਕ ਰਹੀ। ਉਹਨਾਂ ਨੇ ਇੱਕ ਵਾਰ ਆ ਕੇ ਨਹੀਂ ਪੁੱਛਿਆ ਕਿ ਜਿਹੜਾ ਹੈਗਾ ਮੀਨਜ਼ ਅਸੀਂ ਕੁਛ ਕਰਾਂਗੇ ਜਾਂ ਨਹੀਂ ਕਰਾਂਗੇ, ਝੂਠੇ ਵਾਅਦੇ ਕੀਤੇ, ਹਰ ਵਾਰ ਮੁੱਕਰ ਜਾਣਾ, ਕੋਈ ਵਾਅਦਾ ਪੂਰਾ ਨਾ ਕਰਨਾ। ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਦਾਂ ਦੀ ਸਰਕਾਰ ਨਹੀਂ ਚਾਹੀਦੀ। ਸਾਨੂੰ ਉਹ ਸਰਕਾਰ ਚਾਹੀਦੀ ਹੈ ਜਿਹੜੀ ਸਾਨੂੰ ਗਵਰਨੈਂਸ ਦੇ ਸਕੇ, ਉਹ ਜਿਹੜੀ ਗਵਰਨੈਂਸ ਜਿਹੜੀ ਸਾਡੀ ਸਟੇਟ ਨੂੰ ਅੱਗੇ ਲੈ ਕੇ ਜਾ ਸਕੇ, ਜਿਹੜੀ ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾ ਸਕੇ। ਕਿਉਂਕਿ ਜਿਹੜੀ ਐਜੂਕੇਸ਼ਨ ਹੈ ਉਹ ਇੱਕ ਪ੍ਰਾਇਮਰੀ ਆਕੂਪੇਸ਼ਨ ਹੈ, ਪ੍ਰਾਇਮਰੀ ਨਹੀਂ, ਬਾਕੀ ਜਿਹੜੇ ਐਜੂਕੇਸ਼ਨ ਨੇ ਸਾਰੇ ਆਕੂਪੇਸ਼ਨ ਨੂੰ ਪ੍ਰੋਡਿਊਸ ਕਰਨਾ, ਇੱਥੋਂ ਹੀ ਅਸੀਂ ਸਭ ਕੁਝ ਪ੍ਰੋਡਿਊਸ ਕਰਾਂਗੇ। ਜੇਕਰ ਸਾਡੀ ਐਜੂਕੇਸ਼ਨ, ਹਰ ਐਜੂਕੇਸ਼ਨ ਇਗਨੋਰ ਹੋ ਗਈ, ਇਟ ਮੀਨਸ ਅਸੀਂ ਜਿਹੜੀ ਸਟੇਟ ਦੀ ਡਿਵੈਲਪਮੈਂਟ ਹਰ ਤਰ੍ਹਾਂ ਦੇ ਨਾਲ ਜਿਹੜੀ ਹੈ ਇਗਨੋਰ ਕਰਾਂਗੇ। ਪੋਲੀਟੀਸ਼ੀਅਨਸ ਇਹ ਨਹੀਂ ਚਾਹੁੰਦੇ ਕਿ ਲੋਕਾਂ ਦੇ ਬੱਚੇ ਪੜ੍ਹਨ, ਔਰ ਜੇਕਰ ਡੀਲਿੰਕਿੰਗ ਹੋ ਜਾਂਦੀ ਹੈ ਇਹ ਬੇਸਿਕਲੀ ਇੱਕ ਪ੍ਰਾਈਵੇਟਾਈਜੇਸ਼ਨ ਨੂੰ ਖੁੱਲ੍ਹਾ ਸੱਦਾ, ਔਰ ਜਿਹੜੀਆਂ ਸਾਡੀਆਂ ਮੇਨ ਸਟ੍ਰੀਮ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਬੰਦ ਕਰਨ ਦਾ ਹੈਗਾ, ਕਾਰਪੋਰੇਟ ਵਰਲਡ ਨੂੰ ਇੱਕ ਸੱਦਾ ਹੈਗਾ। ਜੇ ਕਾਰਪੋਰੇਟ ਵਰਲਡ ਕੱਲ੍ਹ ਨੂੰ ਇੱਥੇ ਆਉਂਦਾ ਹੈ ਕਿ ਜਿਹੜਾ ਗਰੀਬ ਦਾ ਬੱਚਾ ਹੈ ਉਹ ਉਹਨਾਂ ਦੀ ਫੀਸ ਦੇ ਕੇ ਪੜ੍ਹ ਸਕੇਗਾ, ਇੱਕ ਬਹੁਤ ਵੱਡਾ ਕੁਐਸਚਨ ਹੈ। ਅੱਜ ਸਾਡੀ ਲੜਾਈ ਜਿਹੜੀ ਸਾਡੇ ਪੇ ਸਕੇਲ ਦੀ ਤਾਂ ਹੈਗੀ ਹੈ, ਨਾਲ ਦੀ ਨਾਲ ਅਸੀਂ ਸਿਰਫ ਪੇ ਸਕੇਲ ਦੀ ਲੜਾਈ ਨਹੀਂ ਲੜ ਰਹੇ, ਅਸੀਂ ਪੰਜਾਬ ਸਟੇਟ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ, ਔਰ ਪੰਜਾਬੀ ਵੀ ਇਸ ਨੂੰ ਭਲੀ ਭਾਂਤੀ ਸਮਝ ਚੁੱਕੇ ਕਿ ਇਹ ਲੜਾਈ ਅਸੀਂ ਕਿਸ ਵਾਸਤੇ ਲੜ ਰਹੇ ਹਾਂ। ਸਾਨੂੰ ਸਾਡੇ ਸਟੂਡੈਂਟਸ ਵੱਲੋਂ, ਉਹਨਾਂ ਦੇ ਪੇਰੈਂਟਸ ਵੱਲੋਂ ਪੂਰੀ ਤਰ੍ਹਾਂ ਫੁੱਲ ਅਸ਼ਵਾਸਨ ਹੈ ਕਿ ਜੋ ਵੀ ਤੁਹਾਡਾ ਸੱਦਾ ਹੋਏਗਾ, ਜੋ ਵੀ ਤੁਸੀਂ ਚਾਹੋਗੇ ਅਸੀਂ ਉਵੇਂ ਕਰਾਂਗੇ। ਚੰਡੀਗੜ੍ਹ ਦੇ ਵਿੱਚ ਪਿੱਛੇ ਇਲੈਕਸ਼ਨ ਹੋਏ ਆ, ਉਹਨਾਂ ਨੇ BJP ਔਰ ਦੂਸਰੀ ਜਿਹੜੀ ਕਾਂਗਰਸ ਹੈ ਉਹਨਾਂ ਦੀਆਂ ਪਾਲਿਸੀਆਂ ਦੇਖੀਆਂ, ਔਰ ਨਵੀਂ ਪਾਰਟੀ ਜਿਹੜੀ ਉੱਭਰ ਕੇ ਆਈ ਹੈ। ਔਰ ਜੇਕਰ ਸਾਨੂੰ ਇਹ ਲੱਗੇਗਾ ਕਿ ਪੰਜਾਬ ਸਰਕਾਰ ਜਿਹੜੀ ਅੱਜ ਦੀ ਹੈ ਸਾਡੀ ਗੱਲਬਾਤ ਨਹੀਂ ਸੁਣ ਰਹੀ, ਅਸੀਂ ਜਿਹੜਾ ਸੁਨੇਹਾ ਹੈ ਉਹ ਘਰ ਘਰ ਲੈ ਕੇ ਜਾਵਾਂਗੇ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੇ ਤੁਹਾਡੇ ਬੱਚਿਆਂ ਬਾਰੇ, ਜਿਹੜਾ ਫਿਊਚਰ ਬਾਰੇ ਕੀ ਸੋਚ ਰਹੀ ਹੈ, ਉਸ ਨੂੰ ਕਿਵੇਂ ਜਿਹੜਾ ਹੈਗਾ ਹਨੇਰੇ ਵਿੱਚ ਲੈ ਕੇ ਜਾ ਰਹੀ ਹੈ, ਔਰ ਕਿਵੇਂ ਜਿਹੜਾ ਸਾਡਾ ਪੰਜਾਬ ਆ ਉਹਨੂੰ ਹਨੇਰੇ ਵੱਲ ਲੈ ਕੇ ਜਾ ਰਹੀ ਹੈ। ਅਸੀਂ ਮੈਸੇਜ ਘਰੇ ਘਰੇ ਲੈ ਕੇ ਜਾਵਾਂਗੇ, ਔਰ ਅਸੀਂ ਉਹ ਸਰਕਾਰ ਨੂੰ ਲੈ ਕੇ ਆਵਾਂਗੇ ਜਿਹੜੀ ਸਾਡੇ 'ਤੇ ਸਹੀ ਤਰੀਕੇ ਦੇ ਨਾਲ ਰੂਲ ਕਰ ਸਕੇ, ਜਿਹੜੀ ਸਹੀ ਤਰੀਕੇ ਨਾਲ ਪੰਜਾਬ ਸਟੇਟ ਦੀ ਡਿਵੈਲਪਮੈਂਟ ਕਰ ਸਕੇ। ਜਿੰਨਾ ਚਿਰ ਉਸਦਾ ਇੰਪਲੋਈ
ਅਸੀਂ ਪਿੱਛੇ ਜਿਹੜੀ ਹੈਗੀਆਂ ਤਿੰਨ ਸਟੇਟ ਦੀਆਂ ਰੈਲੀਆਂ ਕਰ ਚੁੱਕੇ ਆ 45 ਦਿਨ ਦੀ ਇੱਕ ਸਾਡੀ ਚੇਨ ਹੰਗਰ ਸਟ੍ਰਾਈਕ ਸਟਾਰਟ ਹੋਈ ਸੀਗੀ ਪੰਜਾਬ ਯੂਨੀਵਰਸਿਟੀ ਉਸ ਦੇ ਵਿੱਚ ਸਰ ਪ੍ਰਗਟ ਸਿੰਘ ਜੀ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਕੈਬਨਿਟ ਮਿਨਿਸਟਰ 45ਵੇਂ ਦਿਨ ਆਏ ਸਾਨੂੰ ਉਹਨਾਂ ਨੇ ਕਿਹਾ ਕਿ 3-4 ਦਿਨ ਦੇ ਵਿੱਚ ਜਿਹੜੇ ਹੈਗੇ ਤੁਹਾਡੇ ਮੇਂ ਮਸਲੇ ਹੱਲ ਕਰ ਦਿਆਂਗਾ ਤੁਸੀਂ ਇਸ ਸਟ੍ਰਾਈਕ ਨੂੰ ਬੰਦ ਕਰ ਦਿਓ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਵਿਸ਼ਵਾਸ ਤੇ ਉਹਨਾਂ ਤੇ ਅਸੀਂ ਵਿਸ਼ਵਾਸ ਕਰਕੇ ਜਿਹੜਾ ਉਸ ਨੂੰ ਸਟ੍ਰਾਈਕ ਨੂੰ ਬੰਦ ਕਰ ਦਿੱਤਾ ਉਸ ਤੋਂ ਬਾਅਦ ਸਾਡੇ ਸਾਇੰਟਿਸਟ ਹੈਗੇ ਆ ਪ੍ਰੋਫੈਸਰ ਕਿੰਗਰਾ ਜੀ PAU ਦੇ ਉਹਨਾਂ ਨੇ ਮਰਨ ਵਰਤ ਤੇ ਬੈਠੇ 1 ਦਸੰਬਰ ਨੂੰ 8 ਦਸੰਬਰ ਨੂੰ ਆਸ਼ੂ ਜੀ ਜਿਹੜੇ ਕੈਬਨਿਟ ਮਿਨਿਸਟਰ ਆ ਉਹ ਆਏ ਉਹਨਾਂ ਨੇ ਆਸ਼ਵਾਸਨ ਦਿੱਤਾ ਸਾਨੂੰ ਵਿਸ਼ਵਾਸ ਦਵਾਇਆ ਕਿ ਮੈਂ ਜਿਹੜੀਆਂ ਤੁਹਾਡੀਆਂ ਡਿਮਾਂਡਸ ਆ 3-4 ਦਿਨ ਦੇ ਵਿੱਚ ਪੂਰੀਆਂ ਕਰ ਦਿਆਂਗਾ ਤੁਸੀਂ ਜਿਹੜਾ ਮਰਨ ਵਰਤ ਆਪਣਾ ਬੰਦ ਕਰ ਦਿਓ ਉਹਨਾਂ ਨੇ ਉਹਨਾਂ ਦਾ ਵਿਸ਼ਵਾਸ ਕਰਕੇ ਮਰਨ ਵਰਤ ਵੀ ਬੰਦ ਕਰ ਦਿੱਤਾ ਪਰ ਜਿਹੜਾ ਹੈਗਾ ਬੇਸਿਕਲੀ ਕੁਝ ਵੀ ਜਿਹੜਾ ਉਹ ਹੋ ਨਹੀਂ ਰਿਹਾ ਸਿਰਫ ਲਾਰੇ ਹੀ ਲਾਏ ਜਾ ਰਹੇ ਆ ਹੁਣ ਅੱਜ ਤੁਸੀਂ ਨਵਜੋਤ ਸਿੱਧੂ ਨੂੰ ਵੀ ਮਿਲਣ ਵਾਸਤੇ ਇੱਧਰ ਆਏ ਸੀ ਕਿਉਂਕਿ ਉਹਨਾਂ ਨੇ ਅੱਜ ਕੋਈ ਮੀਟਿੰਗ ਸੀਗੀ ਉਹਨਾਂ ਦੀ ਜਿਹੜੀ ਜੀ ਬੇਸਿਕਲੀ ਕੀ ਹੈ ਕਿ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੂੰ 2018 ਦੇ ਵਿੱਚ ਰਾਹੁਲ ਗਾਂਧੀ ਜੀ ਨੇ ਕਿਹਾ ਸੀ ਕਿ ਮੈਂ ਤੁਹਾਡੇ ਜਿਹੜੇ ਇਸ਼ੂਜ਼ ਆ ਪੰਜਾਬ ਸਰਕਾਰ ਦੇ ਨਾਲ ਬਹੁਤ ਜਲਦੀ ਡਿਸਕਸ ਕਰਵਾ ਕੇ ਇਹਨਾਂ ਨੂੰ ਹੱਲ ਕਰਵਾਵਾਂਗਾ ਅਸੀਂ ਅੱਜ ਨਵਜੋਤ ਸਿੱਧੂ ਜੀ ਨੂੰ ਇੱਥੇ ਮਿਲਣ ਆਏ ਸੀ ਉਹਨਾਂ ਨੂੰ ਕਹਿਣ ਆਏ ਸੀ ਕਿ 31 ਤਰੀਕ ਨੂੰ ਅਸੀਂ ਜਿਹੜਾ AIC CC ਦਾ ਜਿਹੜਾ ਆਫਿਸ ਹੈ ਕਾਂਗਰਸ ਪਾਰਟੀ ਦਾ ਜਿਹੜਾ ਆਫਿਸ ਦਿੱਲੀ ਹੈ ਉੱਥੇ ਜਾ ਰਹੇ ਹਾਂ ਰਾਹੁਲ ਗਾਂਧੀ ਨੂੰ ਮਿਲਣ ਜਾ ਰਹੇ ਹਾਂ ਉਹਨਾਂ ਦਾ ਜਿਹੜਾ ਵਾਅਦਾ ਦਿੱਤਾ ਹੋਇਆ ਉਹਨੂੰ ਯਾਦ ਕਰਵਾਉਣ ਜਾ ਰਹੇ ਹਾਂ ਅਤੇ ਤੁਸੀਂ ਵੀ ਸਾਡੇ ਨਾਲ ਚੱਲੋ ਅਸੀਂ ਸਵੇਰ ਤੋਂ ਉਹਨਾਂ ਦੀ ਵੇਟ ਕਰ ਰਹੇ ਹਾਂ ਪਰ ਉਹ ਹੁਣ ਤੱਕ ਇੱਥੇ ਨਹੀਂ ਪਹੁੰਚੇ ਅਸੀਂ ਉਹਨਾਂ ਦੀ ਇੰਤਜ਼ਾਰ ਕਰਾਂਗੇ ਅਸੀਂ ਕੈਬਨਿਟ ਦੀ ਮੀਟਿੰਗ ਹੁਣ ਤੱਕ ਖਤਮ ਹੋਣ ਤੱਕ ਇੱਥੇ ਬੈਠੇ ਹਾਂ ਔਰ ਜੇਕਰ ਸਾਡੀ ਅੱਜ ਵੀ ਕੈਬਨਿਟ ਦੇ ਵਿੱਚ ਡਿਮਾਂਡ ਜਿਹੜੀ ਪੂਰੀ ਨਹੀਂ ਹੁੰਦੀ ਤੇ ਅਸੀਂ ਜਿਹੜਾ ਸਾਡੀ ਭੁੱਖ ਹੜਤਾਲ ਆਲਰੇਡੀ DAV ਕਾਲਜ ਦੇ ਵਿੱਚ ਚੱਲ ਰਹੀ ਹੈ ਫਿਰ ਜਿਹੜਾ ਅਸੀਂ ਵੈਨਿਊ ਆਪਣਾ ਇੱਥੇ ਸ਼ਿਫਟ ਕਰਾਂਗੇ ਅਸੀਂ ਕਾਂਗਰਸ ਭਵਨ ਦੇ ਬਾਹਰ ਹੀ ਬੈਠਾਂਗੇ ਔਰ ਜਿਹੜੀ ਸਾਡੀ ਚੇਨ ਹੰਗਰ ਸਟ੍ਰਾਈਕ ਹੈ ਇੱਥੇ ਅਸੀਂ ਕੰਟੀਨਿਊ ਕਰਾਂਗੇ ਤੇ ਔਰ ਵੀ ਇੱਧਰ ਜਿਹੜੇ ਧਰਨੇ ਤੇ ਬੈਠੇ ਅਸੀਂ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਜਿਹੜਾ ਤੁਹਾਡਾ ਧਰਨਾ ਚੱਲ ਮੈਮ ਤੁਸੀਂ ਦੇਖੋ ਜੀ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ 7th ਪੇ ਕਮਿਸ਼ਨ ਲਾਗੂ ਹੋ ਗਿਆ ਇੱਕ ਪੰਜਾਬ ਇੱਕ ਐਸੀ ਸਟੇਟ ਹੈ ਜਿਹੜੀ ਕਿ ਹਲੇ ਤੱਕ 7th ਪੇ ਕਮਿਸ਼ਨ ਪੰਜਾਬ 'ਚ ਲਾਗੂ ਨਹੀਂ ਕੀਤਾ ਲਗਭਗ 15,000 ਟੀਚਰ ਜਿਹੜੇ ਨੇ ਅੱਜ ਸੜਕਾਂ 'ਤੇ ਰੁਲ ਰਹੇ ਨੇ ਪੂਰੇ 6 ਮਹੀਨੇ ਹੋ ਗਏ ਸਾਨੂੰ ਸਾਡੇ ਕਾਲਜਾਂ 'ਚ ਡਿਸਟ੍ਰਿਕਟ ਰੈਲੀਆਂ ਦੇ ਵਿੱਚ ਸਟੇਟ ਰੈਲੀਆਂ ਦੇ ਵਿੱਚ ਸਰਕਾਰ ਦੇ ਉੱਤੇ ਕੋਈ ਵੀ ਅਸਰ ਨਹੀਂ ਹੈ ਅਗਰ ਅੱਜ ਇਹ ਸਾਡਾ ਪ੍ਰੋਟੈਸਟ ਦੇ ਅਕੋਰਡਿੰਗ ਸਾਡੀ ਕੈਬਨਿਟ ਦੇ ਵਿੱਚ ਇਹ ਡਿਸੀਜਨ ਪਾਸ ਨਹੀਂ ਹੁੰਦਾ 31 ਤਰੀਕ ਨੂੰ ਅਸੀਂ ਜਿਹੜੀ ਕਾਂਗਰਸ ਦਾ ਹੈੱਡਕੁਆਰਟਰ ਹੈ ਦਿੱਲੀ ਦੇ ਵਿੱਚ ਉਹਨੂੰ ਘੇਰਾਂਗੇ ਅਤੇ ਪੂਰੇ ਪੰਜਾਬ ਨੂੰ ਨਾਲ ਲੈ ਕੇ ਜਾਵਾਂਗੇ ਉੱਥੇ ਈਵਨ ਕਿ ਸਾਡੇ ਸਟੂਡੈਂਟ ਵੀ ਸਾਡੇ ਨਾਲ ਹੋਣਗੇ ਅੱਜ ਤੱਕ ਕੀ ਹੈ ਅੱਜ ਇੱਥੇ ਹੀ ਬੈਠਣਾ ਤੁਸੀਂ ਅੱਜ ਹਲੇ ਤੱਕ ਤਾਂ ਇਹੀ ਡਿਸੀਜਨ ਹੈ ਕਿ 5:30 ਵਜੇ ਤੱਕ ਅਸੀਂ ਦੇਖਦੇ ਹਾਂ ਕਿ ਕੈਬਨਿਟ ਦਾ ਡਿਸੀਜਨ ਕੀ ਆਉਂਦਾ ਅਗਰ ਇਹ ਡਿਸੀਜਨ ਸਾਡੇ ਪੱਖ 'ਚ ਨਹੀਂ ਆਉਂਦਾ ਤਾਂ ਫਿਰ ਅਸੀਂ ਇੱਥੇ ਹੀ ਬੈਠਾਂਗੇ ਨਹੀਂ ਪੱਕੇ ਤੌਰ 'ਤੇ ਇੱਥੇ ਹੀ ਬੈਠੋਗੇ ਤੁਸੀਂ ਇੱਥੇ ਹੀ ਬੈਠਾਂਗੇ ਇਹ ਸਨ ਸਾਡੇ ਨਾਲ ਜਿਨ੍ਹਾਂ ਨੇ ਕਿਹਾ ਕਿ ਸੰਘਰਸ਼ ਕਰਦੇ 9 ਮਹੀਨੇ ਦਾ ਸਮੇਂ ਹੋ ਗਿਆ ਪਰ ਜਿਹੜੇ ਪੰਜਾਬ ਸਰਕਾਰ ਨਹੀਂ ਸੁਣਵਾਈ ਕਰੀ ਤਾਂ ਕਰਕੇ ਅੱਜ ਨੂੰ ਇਹਨਾਂ ਨੂੰ ਇੱਥੇ ਮਜਬੂਰਨ ਕਾਂਗਰਸ ਭਵਨ ਦੇ ਬਾਹਰ ਜਿਹੜਾ ਧਰਨਾ ਦੇ ਰਹੇ ਨੇ ਅਤੇ ਜੇਕਰ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਹੁੰਦਾ ਤਾਂ ਇੱਥੇ ਹੀ ਮਨ ਵਰਤ ਵੀ ਸਟਾਰਟ ਕਰ ਸਕਦੇ ਨੇ ਤੁਸੀਂ ਵੇਖਦੇ ਰਹੋ ਅਜੀਤ ਵੈਬ TV ਮੈਂ ਤੁਹਾਡੇ ਨਾਲ ਲਲਿਤਾ ਜਾਮਵਾਲ ਕੈਮਰਾ ਪਰਸਨ ਸੁਰਿੰਦਰ ਪਾਲ ਦੇ ਨਾਲ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ